ਸ਼ਹਿਰ ਅਸੀਂ ਪਹੁੰਚੇ ਹਾਂ ਔਰ ਇਮਰਾਨ ਭਾਈ ਕਿਹੜਾ ਹੈਗਾ ਨਾ ਕਟਾਈ ਸ਼ੁਰੂ ਕਰ ਦਿੱਤੀ ਹੈਗੀ ਔਰ ਦੂਸਰਾ ਸਮਾਨ ਵਗੈਰਾ ਲੈ ਲਿਆ ਹੈਗਾ ਅਤੇ ਔਰ ਇਹ ਵਾਲੇ ਨੇ ਕਟਾਈ ਇੱਥੇ ਰੱਖ। ਹਾਂਜੀ, ਅਤੇ ਇਮਰਾਨ ਭਾਈ ਪਹੁੰਚਿਆ ਹੈਗਾ ਅਤੇ ਔਰ ਟਾਂਕੇ ਵਗੈਰਾ ਕਿਹੜੇ ਹੈਗੇ ਨਾ ਸਾਰੇ ਲਾ ਦਿੱਤੇ ਹੈਗੇ ਨਾ, ਮੁਕੰਮਲ ਕਿਹੜਾ ਹੈਗਾ ਨਾ ਦੂਸਰਾ ਟੇ ਵਗੈਰਾ ਨੂੰ ਉੱਤੇ ਨਾ ਵੜ ਰਹੇ ਹੈਗੇ। ਇਹ ਕੀ ਕਲਿੱਪ ਕਲੰਪ ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਭਾਈ, ਉਮੀਦ ਕਰਨਾ ਠੀਕ ਠਾਕ ਹੋ, ਜਿੱਥੇ ਰਹੋ ਹੱਸਦੇ ਅਤੇ ਮੁਸਕਰਾਉਂਦੇ ਰਹੋ, ਸਾਡੀਆਂ ਤੋਂ ਉਹਦੇ ਨਾਲ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਖੁਸ਼ ਅਤੇ ਆਬਾਦ ਰੱਖੇ, ਅੱਲਾ ਪਾਕ ਕਿਸੇ ਚੀਜ਼ ਦੀ ਨਹੀਂ ਤੋੜ ਦੇਵੇ, ਅੱਲਾ ਪਾਕ ਤੁਹਾਡੇ ਕਾਰੋਬਾਰ ਵਰਤਾ ਪਾਵੇ, ਜਿਹੜੇ ਬਿਮਾਰ ਅੱਲਾ ਪਾਕ ਉਹਨਾਂ ਸ਼ਫਾ ਤਾ ਫਰਮਾਵੇ, ਜਿਹੜਾ ਕੋਲ ਆਦ ਨਹੀਂ ਅੱਲਾ ਪਾਕ ਉਹਨੂੰ ਔਲਾਦ ਦੇਵੇ, ਸੋਹਣਾ ਮਾਲਕ ਸਾਰੇ ਰਹਿਮਤ ਕਰੇ, ਹਰ ਦਾ ਭਲਾ ਕਰੇ, ਹਰ ਦੀ ਖੈਰ ਕਰੇ। ਔਰ ਅੱਲਾ ਨੂੰ ਯਾਦ ਕਰਕੇ ਅੱਜ ਦਾ ਵਲੋਗ ਦਾ ਕਰਦੇ ਪਏ ਜੀ ਆਗਾਜ਼। ਔਰ ਮਾਸ਼ਾਅੱਲਾ ਸੁਬਹਾ ਸੁਬਹਾ ਅੱਲਾ ਨੂੰ ਯਾਦ ਕਰਕੇ ਦੁਕਾਨ ਖੋਲ੍ਹੀ ਸੀ, ਸੋਹਣੇ ਮਾਲਕ ਦਾ ਸ਼ੁਕਰ ਅਦਾ ਕਰਨੇ ਹਾਂ, ਲੱਖ ਲੱਖ ਕਿਹੜਾ ਅੱਲਾ ਪਾਕ ਰੋਜ਼ੀ ਦੇ ਰਿਹਾ, ਮਾਲਕ ਦੀ ਜ਼ਾਤ ਦਾ ਸ਼ੁਕਰ ਅਦਾ ਕਰਨੇ ਹਾਂ। ਔਰ ਸੌਦਾ ਵਗੈਰਾ ਕਿਹੜਾ ਥੋੜ੍ਹਾ ਗਣਾ ਨਾ ਖਤਮ ਹੋਇਆ ਹੋਇਆ ਨਾ, ਉਹ ਅੱਲਾ ਵੀ ਨਾ ਲੈ ਆਵਾਂਗੇ ਥੋੜ੍ਹਾ ਥੋੜ੍ਹਾ, ਔਰ ਸਾਰੀਆਂ ਐਟਮਤ ਮਾਸ਼ਾਅੱਲਾ ਥੋੜ੍ਹੀਆਂ ਥੋੜ੍ਹੀਆਂ ਨਾ ਟੋਟਲ ਨਾ ਪੂਰੀਆਂ ਪਈਆਂ ਹੈਗੀਆਂ, ਬਸ ਨਾ ਇਨਸ਼ਾ ਅੱਲਾ ਤਾਲਾ ਆਸਤਾ ਆਸਤਾ ਨਾ ਇੱਕ ਵਾਰ ਨਾ ਫੁੱਲ ਭਰ ਦੇਵਾਂਗੇ, ਬਸ ਥੋੜ੍ਹਾ ਜਿਹਾ ਸਰਦੀਆਂ ਤੋਂ ਨਾ ਆਸਤਾ ਆਸਤਾ ਹਾਲਾਤ ਠੀਕ ਹੋ ਗਏ ਨਾ, ਬਿਲਕੁਲ ਨਾ ਠੀਕ ਹੋ ਜਾ। ਔਰ ਮਾਸ਼ਾਅੱਲਾ ਗੰਦਾ ਵੀ ਉਹਨਾਂ ਇੱਕ ਬਾਈ ਦੇ ਕੇ ਗਿਆ ਹੈਗਾ, ਇੱਥੋਂ ਨਾ ਗਵਾਂਢ ਇੱਕ ਨਾ ਸਿਸਟਰ ਹੈਗੀ ਸੀ, ਉਹ ਵਾਲੀ ਨਾ ਦੇ ਕੇ ਗਈ 4 ਕਿਲੋ ਗੰਦਮ ਨਾ ਦੇ ਕੇ ਗਈ, ਅਤੇ ਮੈਂ ਹੁਣੀ ਨਾ ਤੋੜੇ ਦੇ ਵਿੱਚ ਨਾ ਪਾ ਦਿੱਤੀ ਹੈਗੀ, ਨਾਲ ਫਿਰ ਇਹਦੂ ਨਾ ਫਾਇਦਾ ਹੋ ਜਾਂਦਾ, ਤਕਰੀਬਨ ਕਿਲੋ ਮਗਰੋਂ ਨਾ 10 ਰੁਪਈਏ ਨਾ ਬਚ ਜਾਂਦੇ ਨੇ ਸੁੱਕੇ ਪੁੱਕੇ। ਇਹਦੂ ਨਾ ਗੰਦਮ ਵਗੈਰਾ ਜਿਹੜੀ ਹੈ ਨਾ ਕੋਈ ਔਨਸ ਹੈਗੀ ਨਾ, ਕਿ ਮੱਕੀ ਹੋ ਗਈ ਜਾਂ ਗੰਦਮ ਹੋ ਗਈ ਜਾਂ ਜਵਾਰ ਹੋ ਗਈ ਜਾਂ ਤੇਲ ਵਗੈਰਾ ਹੋ ਗਿਆ ਨਾ, ਇਹ ਚੀਜ਼ਾਂ ਮਿਲੇ ਨਾ ਤਾਂ ਇਹਨਾਂ 'ਚ ਫਾਇਦਾ ਜ਼ਿਆਦਾ ਹੁੰਦਾ ਹੈਗਾ। ਪਰ ਇੱਥੇ ਨਾ ਉਹ ਜ਼ਿਆਦਾਤਰ ਲੋਕ ਦਿੰਦੇ ਨੇ ਕਾਫੀ ਕਾਫੀ ਮਾੜ ਮਾੜ ਦੋ ਦੋ, ਉਹਦੇ 'ਚ ਜ਼ਿਆਦਾ ਫਾਇਦਾ ਹੁੰਦਾ, ਪਰ ਉੱਤਰੇ ਪੈਸੇ ਨਹੀਂ ਹੁੰਦੇ ਦੁਕਾਨ ਦੇ, ਨਹੀਂ ਤਾਂ ਉਹ ਇਕੱਠੀ ਲਈ ਹੁੰਦੀ ਨਾ ਅਤੇ ਜ਼ਿਆਦਾ ਨਾ ਫਿਰ ਪੈਸੇ ਨਾ ਬੱਚਤ ਆਉਂਦੀ ਹੈਗੀ। ਇਹੋ ਜਿਹੇ ਕੰਮਾਂ 'ਚ ਜ਼ਿਆਦਾ ਪੈਸੇ ਹੁੰਦੇ ਨੇ, ਉਹ ਟੋਫੀਆਂ ਵਗੈਰਾ 'ਚ ਤਕਰੀਬਨ ਇਹਨਾਂ ਬਿਸਕਿਟਾਂ ਦੇ ਵਿੱਚੋਂ 1 ਰੁਪਈਆ 1-1 ਰੁਪਈਆ ਬਚਦਾ ਹੈਗਾ ਸਮਝੋ, ਇੰਨਾ ਜ਼ਿਆਦਾ ਉਤਰੀ ਪ੍ਰੋਫਿਟ ਨਹੀਂ ਹੈਗੀ। ਬੋਤਲਾਂ ਦੇ ਵਿੱਚ ਹਾਂਜੀ ਕਾਫੀ ਸਾਰੀ ਬੱਚਤ ਹੈਗੀ, ਔਰ ਕਿਹੜੀ ਹੈਗੀ ਨਾ ਟੋਫੀਆਂ ਵਗੈਰਾ 'ਚ ਇੰਨਾ ਤਾਂ ਸਮਝੋ 1-1 ਰੁਪਈਆ ਹੀ ਬਚਦਾ ਹੈਗਾ, ਡੱਬੇ ਮਗਰੂ ਜਾਂ 8 ਰੁਪਈਏ ਜਾਂ 10 ਰੁਪਈਏ, ਅਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਾ। ਔਰ ਕਿਹੜਾ ਹੈਗਾ ਨਾ ਕਾਫੀ ਦਿਨ ਅੱਗੇ ਵੀ ਕਿਹਾ ਸੀ, ਜ਼ਿਕਰ ਕੀਤਾ ਸੀ ਨਾ ਬਈ ਮੈਂ ਇੱਥੇ ਨਾ ਤਕਰੀਬਨ ਲੱਕੜਾਂ ਵਾਲਾ ਨਾ ਸਟੋਰ ਕਿਹੜਾ ਹੈਗਾ ਨਾ ਲਾਇਆ ਹੋਵੇ ਨਾ ਇਸ ਜਗ੍ਹਾ 'ਤੇ, ਨਾ ਦਰਵਾਜ਼ਾ ਪਾਈ ਉਹਨਾਂ ਕੋਲ ਪੁੱਛ ਲਵੇ ਬੰਦਾ, ਅਤੇ ਇਸ ਜਗ੍ਹਾ 'ਤੇ ਦਰਵਾਜ਼ਾ ਲਗਾ ਕੇ ਨਾ ਇੱਥੇ ਲੱਕੜਾਂ ਵਗੈਰਾ ਰੱਖੀਆਂ ਹੋਵੇ ਅੰਦਰਲੀ ਸਾਈਡ 'ਤੇ, ਔਰ ਕੁਛ ਬਾਹਰ ਇੱਥੇ ਬੰਦਾ ਰੱਖ ਦਿੰਦਾ ਹੈਗਾ ਵੀ ਲੋਕ ਲੰਘੇ ਟੱਪੇ ਨਾ ਕਿਹੜੇ ਹੈਗੇ ਨਾ ਦੇਖ ਸਕਣ ਵੀ ਇੱਥੇ ਨਾ ਲੱਕੜਾਂ ਵਗੈਰਾ ਵਿਕਦੀਆਂ ਨਾ ਰਹੇ, ਤਾਂ ਉੱਥੇ ਬੰਦਾ ਨਾ ਕੋਈ ਕਾਫੀ ਮਨ ਦੋ ਰੱਖ ਦਿੰਦਾ, ਅਤੇ ਆਮਾ ਲਾਮਾਲੀ ਨਾ ਦੁਨੀਆ ਲੰਘਦੀ ਟੱਪਦੀ ਨਾ ਦੇਖ ਸਕੇ ਬਈ ਨਾ ਇੱਥੇ ਲੱਕੜਾਂ ਵੀ ਸੇਲ ਹੁੰਦੀਆਂ ਹੈਗੀਆਂ, ਅਤੇ ਲੱਕੜਾਂ ਦੇ ਵਿੱਚੋਂ ਕਾਫੀ ਪ੍ਰੋਫਿਟ ਹੈ, ਤਕਰੀਬਨ ਇੱਕ ਮਣ ਦੇ ਮਗਰੋਂ 400-500 ਰੁਪਈਆ ਮਣ ਮਗਰੋਂ ਬਚ ਜਾਂਦਾ ਹੈ, ਕਿਉਂਕਿ ਤਕਰੀਬਨ ਪਿੱਛੂ 600-700 ਰੁਪਈਏ 550 ਰੁਪਈਏ 500 ਰੁਪਈਏ ਮਣ ਮਿਲਦਾ ਹੈਗਾ, ਅਤੇ ਇੱਥੇ ਤਕਰੀਬਨ 1000 ਰੁਪਏ ਤੋਂ ਲੱਕੜ ਮਣ ਵਿਕਦਾ ਹੈਗਾ, ਲੱਕੜਾਂ ਦੇ ਵਿੱਚੋਂ ਫਾਇਦਾ ਹੈ ਕਾਫੀ ਸਾਰਾ, ਔਰ ਬਾਈ ਹੋਰਾਂ ਦਾ ਹੱਥਾਂ ਵੀ ਨਾ ਖਾਲੀ ਪਿਆ ਹੈਗਾ, ਪ੍ਰੋਫਿਟ ਹੈ ਪਰ ਕੀ ਕਰੀ ਉਤਰੀ ਗੁੰਜਾਇਸ਼ ਨਹੀਂ ਹੈਗੀ, ਅੱਲਾ ਗੁੰਜਾਇਸ਼ ਦਿੰਦਾ ਚਾਹਨਾ, ਅਤੇ ਇੱਥੋਂ ਨਾ ਦਰਵਾਜ਼ਾ ਬਾਈ ਕੋਲ ਪੁੱਛ ਕੇ ਨਾ ਇਤਰਾ ਸਾਰਾ ਨਾ ਲਾ ਲੈਂਦੇ ਇਹ ਵਾਲਾ ਸੈਨ ਨਾ, ਅਤੇ ਇੱਥੋਂ ਬੰਦਾ ਲੱਕੜਾਂ ਵਗੈਰਾ ਨਾ ਤੋਲ ਕੇ ਬਾਈ ਹੋਰਾਂ ਨਾ ਜਿਹੜਾ ਲੈਂਦੇ ਉਹਨਾਂ ਨੂੰ ਦੇ ਸਕਦਾ ਹੈਗਾ, ਪਰ ਉਤਰੀ ਗੁੰਜਾਇਸ਼ ਨਹੀਂ। ਸੋਹਣਾ ਮਾਲਕ ਆਸਤਾ ਆਸਤਾ ਹਿੰਮਤ ਦੇਵੇਗਾ ਅਤੇ ਦਿਲੇ ਖੁਆਇਸ਼ ਜ਼ਰੂਰ ਹੈਗੀ, ਇਹ ਕਾਰੋਬਾਰ ਨਾ ਬਹੁਤ ਹੀ ਜ਼ਿਆਦਾ ਅੱਛਾ ਹੈਗਾ, ਕਿਉਂਕਿ ਬੰਦਾ 1-2 ਰਕਸ਼ੇ ਲੈਵੇ ਨਾ ਉਹਦੇ ਵਿੱਚ ਰੁਪਈਆ 5-10 ਹਜ਼ਾਰ ਰੁਪਈਆ ਸਾਈਡ 'ਤੇ ਆਰਾਮ ਸਕੂਨ ਨਾਲ, ਨਾ ਖਰਾਬ ਹੋਵਾਂ ਦਾ ਡਰ ਨਾ ਖਤਰਾ ਨਾ ਲਾਣੀ, ਅਤੇ ਭਾਵੇਂ ਸਾਲ ਪਈ ਦੇਵੇ ਲੱਕੜ ਖਰਾਬ ਨਹੀਂ ਹੁੰਦੀ ਹੈਗੀ, ਇਹ ਫਾਇਦਾ ਹੈ ਸੁੱਕੇ ਸੁੱਕੇ ਕੰਮ 'ਚ। ਕੋਈ ਨਹੀਂ, ਸੋਹਣਾ ਮਾਲਕ ਆਸਤਾ ਆਸਤਾ ਹਿੰਮਤ ਦੇਵੇਗਾ, ਇੱਕ ਵਾਰ ਦਿਲ ਖੁਆਇਸ਼ ਹੈਗੀ ਇਹ ਵਾਲਾ ਕਾਰੋਬਾਰ ਵੀ ਨਾਲ ਕਰਨਾ ਹੈਗਾ, ਔਰ ਸਬਜ਼ੀ ਵਗੈਰਾ ਦਾ ਵੀ ਨਾਲ ਕਾਰੋਬਾਰ ਸ਼ੁਰੂ ਕਰਨ ਲੱਗਾ, ਬਸ ਐਵੇਂ ਅੱਜ ਜਾਂ ਸੁਬਹਾ ਕਿਹੜਾ ਹੈਗਾ ਨਾ ਸਬਜ਼ੀ ਲਿਆਉਣ ਲੱਗੇ ਹਾਂ, ਕਿਉਂਕਿ ਮੁਨੀਰ ਸਰ ਕਹਿੰਦਾ ਪਿਆ ਸੀ ਤੁਹਾਡੇ ਤੋਂ ਮਿਲ ਕਰਕੇ, ਬਹੁਤ ਮਿਹਰਬਾਨੀ ਸ਼ੁਕਰੀਆ,
ਬਿਨਾ ਤੁਸੀਂ ਬਾਈ ਸਬਜ਼ੀ ਲੈਣੀ ਛੱਡ ਦਿੱਤੀ ਕਿ ਸਬਜ਼ੀ ਲੈ ਆਓ ਅਤੇ ਇਨਸ਼ਾਅੱਲਾ ਤਾਲਾ ਹਰੀਆਂ ਹਰੀਆਂ ਤਾਜ਼ੀਆਂ ਤਾਜ਼ੀਆਂ ਭਾਈਆਂ ਭੈਣਾਂ ਨੂੰ ਫਿਰ ਸਬਜ਼ੀਆਂ ਦਿਖਾਵਾਂਗੇ। ਔਰ ਚੱਲਦੇ ਹਾਂ ਘਰ ਬੇਗਮ ਸਾਹਿਬ ਵਾਲੇ, ਕੀ ਕਰ ਰਹੀ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਂ ਦੁਕਾਨ 'ਤੇ ਬੈਠਾ ਅਤੇ ਘਰ ਦਾ ਕੰਮ ਨਾ ਬੇਗਮ ਸਭਾ ਕਰਕੇ ਆ ਗਈ ਕਰੇਗੀ। ਔਰ ਅੱਲਾ ਪਾਕ ਦਾ ਨੇਕ ਬੰਦਾ ਸੀ ਜਿਹੜੇ ਸਾਡੇ ਨਾਲ ਇੱਥੇ ਦੁਕਾਨ ਮਾਸ਼ਾਅੱਲਾ ਕਿਹੜੀ ਭਰੀ ਹੈ ਨਾ, ਬਹੁਤ ਬਹੁਤ ਸ਼ੁਕਰਗੁਜ਼ਾਰ ਉਸ ਅੱਲਾ ਪਾਕ ਦੇ ਨੇਕ ਬੰਦੇ ਦਾ ਜਿਹੜੇ ਸਾਡੇ ਵਾਸਤੇ ਪੈਸੇ ਭੇਜੇ ਸੀ ਔਰ ਦੁਕਾਨ ਦੇ ਵਿੱਚ ਨਾ ਸਮਾਨ ਇਤਰਾ ਆ ਗਿਆ ਤਾਂ ਮਾਸ਼ਾਅੱਲਾ ਕਾਫੀ ਸਾਰੇ ਨਾਲ ਦੁਕਾਨ ਭਰੀ ਭਰੀ ਨਜ਼ਰ ਆ ਰਹੀ ਹੈਗੀ। ਔਰ ਇਸ ਤੋਂ ਪਹਿਲੇ ਨਾ ਸਿਸਟਰ ਕੈਨੇਡਾ ਦੀ ਅੱਲਾ ਪਾਕ ਉਹਦੀ ਜ਼ਿੰਦਗੀ ਕਰੇ ਸਾਰੀ ਮਾਸ਼ਾਅੱਲਾ ਦੁਕਾਨ ਵਗੈਰਾ ਨਾ ਉਹਨੇ ਮੈਨੂੰ ਨਾ ਉਸਾਰ ਕੇ ਦਿੱਤੀ ਸੀ ਟੋਟਲ, ਅਤੇ ਔਰ ਸੌਦਾ ਹੀ ਵਿੱਚ ਨਾ ਕਾਫੀ ਸਾਰਾ ਪਾਇਆ ਸੀ। ਪਰ ਅਸੀਂ ਨਾ ਉਧਾਰ ਵੀ ਦੇ ਕੇ ਗਲਤੀ ਕਰ ਬੈਠੇ ਹਾਂ ਅਤੇ ਅਲੱਗ ਸਿਸਟਰ ਨੇ ਮੈਨੂੰ ਮਨਾ ਹੀ ਕੀਤਾ ਸੀ ਵੀ ਉਧਾਰ ਨਾ ਦੇ, ਪਰ ਰਿਸ਼ਤੇਦਾਰ ਹੀ ਐਸੇ ਕਲੋਜ਼ ਹੈਗੇ ਸੀ ਉਹਨੇ ਆ ਕੇ ਨਾ ਲੈ ਗਏ ਤਾਂ ਹੁਣ ਨਹੀਂ ਅਸੀਂ ਉਧਾਰ ਕਿਸੇ ਨੂੰ ਵੀ ਦੇਣਾ, ਆਪਣਾ ਘਰ ਦਾ ਹੀ ਸਰਕਟ ਇਹਦੇ ਚਲਾਉਣਾ, ਅਸੀਂ ਨਹੀਂ ਉਧਾਰ ਦੇਣਾ। ਅੱਲਾ ਇਹਦੇ 'ਚ ਬਰਕਤਾ ਪਾਵੇਗਾ ਤਾਂ ਆਸਤਾ ਆਸਤਾ ਨਾ ਵੱਧਦਾ ਜਾਵੇਗਾ। ਔਰ ਚੱਲਣੇ ਹੁਣ ਬੇਗਮ ਸਾਹਿਬ ਵੱਲ ਕੀ ਕਰਦੀ ਪਈ ਉਹ ਪਤਾ ਕਰਨੇ। ਔਰ ਮੈਂ ਵੀ ਘਰੇ ਆ ਗਿਆ ਔਰ ਮੁੰਜ ਵਾਲਾ ਕਿਹੜਾ ਹੈਗਾ ਨਾ, ਇਹ ਵਾਲਾ ਵੀ ਕੰਮ ਮੁਕੰਮਲ ਹੋਣ ਲੱਗਾ ਹੈਗਾ ਕਿਉਂਕਿ ਇਮਰਾਨ ਬਾਈ ਨੂੰ ਫੋਨ ਕੀਤਾ ਹੈਗਾ, ਇਬਰਾਰ ਦੇ ਬਾਈ ਨੂੰ, ਉਹ ਆਵੇਗਾ ਅਤੇ ਇੱਥੋਂ ਤਾਰ ਵਗੈਰਾ ਨਾ ਲਾ ਕੇ ਨਾ ਉਹ ਕਿਹੜਾ ਟਾਂਕਾ ਖੜੋਤਾ ਨੰਗਾ, ਇੱਥੋਂ ਆਪਣਾ ਟੋਕਾ ਚਲਾਵਾਂ ਦੀ ਕੋਸ਼ਿਸ਼ ਕਰਨੇ ਆ। ਅਤੇ ਔਰ ਕਿਹੜਾ ਹੈਗਾ ਨਾ, ਬਾਈ ਆਵਣ ਵਾਲਾ ਹੈਗਾ ਅਤੇ ਅੰਦਰ ਕਿਹੜਾ ਹੈਗਾ ਨਾ, ਅੰਦਰਲਾ ਵੀ ਥੋੜ੍ਹਾ ਜਿਹਾ ਕੰਮ ਰਹਿੰਦਾ ਹੈਗਾ, ਉਹ ਵਾਲਾ ਵੀ ਨਾ ਚੱਲ ਕੇ ਸ਼ੁਰੂ ਕਰਨੇ ਆ ਕਿਉਂਕਿ ਵਾਸ਼ਰੂਮ ਦੇ ਵਿੱਚ ਨਾ ਲਾਈਟ ਵਗੈਰਾ ਨਹੀਂ, ਬੋਰਡ ਤਾਂ ਲੱਗ ਜਾਂਦਾ ਨਾ ਤਾਂ ਕਿਆ ਬਾਤ ਹੋਣੀ ਸੀ, ਪਰ ਬੋਰਡ ਨਹੀਂ ਹੈਗਾ। ਕਿਹੜਾ ਹੈਗਾ ਨਾ ਘਰ ਦਾ ਕਿਹੜਾ ਦੂਸਰਾ ਕੰਮ ਵਗੈਰਾ ਕਿਹੜਾ ਹੈਗਾ ਨਾ ਸਾਰਾ, ਉਹ ਵਾਲਾ ਨੂੰ ਥੋੜ੍ਹਾ ਜਿਹਾ ਸੈਟਿੰਗ ਕਰਨੇ ਆ। ਓਹੋ, ਔਰ ਪਰੀ ਕਿਹੜੀ ਹੈਗੀ ਸਕੂਟਰ ਸਾਫ਼ ਕਰ ਰਹੀ ਸੀ ਆਪਣਾ, ਅਤੇ ਔਰ ਬੇਗਮ ਸਾਹਿਬਾ ਧੋ ਰਹੀ ਹੈ ਬਰਤਨ। ਬੇਗਮ ਸਾਹਿਬ ਮੋਟਰ ਨਾ ਚਲਾਈ ਕਰੋ ਇਤਰੀ, ਤਿੰਨ ਧੋਣ ਬਰਤਨ ਹੈਗੇ ਸਾਰੇ, ਅਤੇ ਤੁਸੀਂ ਕੋਈ ਪਾਣੀ ਦਾ ਬੰਦੋਬਸਤ ਉਂਝ ਕਰ ਲਿਓ ਟੱਪ ਦੇ ਜ਼ਰੀਏ, ਪਰ ਵਿੱਚ ਕੱਪੜੇ ਧੋਂਦੇ ਹੋ ਫਿਰ ਬਰਤਨ। ਚਲੋ ਬਿੱਲ ਵੀ ਕਾਫੀ ਆਉਂਦਾ ਹੈਗਾ ਅਤੇ ਇਹ ਆਲਾ ਨਾ ਕੰਮ ਠੀਕ ਨਹੀਂ ਹੈਗਾ। ਚਲੋ ਕੋਸ਼ਿਸ਼ ਕਰਨੇ ਆ ਵੀ ਕਿਉਂਕਿ ਨਾ ਲਾਜ਼ੇ ਲਾਜ਼ੇ ਪਿੱਛੋਂ ਨਾ ਮੋਟਰ ਚੱਲੇ ਨਾ ਤਾਂ ਕਾਫੀ ਸਾਰੀ ਨਾ ਦਸਤੀ ਨਾਲ ਨਾ ਯੂਨਿਟ ਖਾ ਜਾਂਦੀ ਹੈਗੀ, ਅਤੇ ਇਸ ਗੱਲੋਂ ਬੇਗਮ ਸਾਹਿਬ ਮੈਂ ਮਨਾ ਕਰਨਾ ਵੀ ਪਾਣੀ ਭਰ ਕੇ ਰੱਖ ਲਿਆ ਕਰੋ ਅਤੇ ਉਹ ਆਲਾ ਨਾ ਫਿਰ ਠੀਕ ਰਹਿ ਜਾਂਦਾ ਬੰਦਾ ਤਾਂ ਕਰਕੇ। ਔਰ ਸ਼ਾਰਟ ਕਰ ਰਹੀ, ਚਲੋ ਇਬਰਾਰ ਇਮਰਾਨ ਭਾਈ ਆ ਰਿਹਾ, ਇਬਰਾਰ ਦਾ ਭਾਈ ਕਿਹੜਾ ਹੈਗਾ ਨਾ, ਇਹ ਵਾਲਾ ਨਾ ਥੋੜ੍ਹੀ ਸੈਟਿੰਗ ਕਰਨੇ ਹਾਲੀ, ਤਾਰ ਕਿਹੜੀ ਹੈ ਨਾ ਇਹ ਵੀ ਕਟਾਵਾਂ ਦਾ ਇਰਾਦਾ ਹੈਗਾ, ਉਹ ਵਾਲਾ ਨਾ ਉੱਥੋਂ ਚੱਕ ਕੇ ਨਾ ਇਹ ਇਹਦੇ ਵਿੱਚ ਇਸ ਬੋਰਡ ਦੇ ਵਿੱਚ ਲਾ ਕੇ ਨਾ ਸਿੱਧੀ ਸਾਵੀ ਇੱਥੇ ਨਾ ਕਰ ਦਿੰਦੇ ਹਾਂ, ਠੀਕ ਹੈ ਨਾ ਬੇਗਮ ਸਭਾ। ਇਹ ਵਾਲੀ ਨਾ ਤਾਰ ਬੋਰਡ ਕਿਹੜਾ ਹੈ ਨਾ, ਇੱਕ ਸਾਈਡ ਤੋਂ ਉੱਤੇ ਲਾਉਂਦੇ ਹਾਂ ਵੀ ਥੱਲੇ ਬੱਚੇ ਕਿਹੜੇ ਹੈਗੇ ਨਾ ਵੀ ਹੱਥ ਨਾ ਲਾ ਦੇਵੇ, ਕਾਫੀ ਸਾਰਾ ਖਤਰਾ ਰਹਿੰਦਾ ਹੈਗਾ ਕਰੰਟ ਹੈਗਾ, ਅਤੇ ਇਸ ਗੱਲੋਂ ਕਰਕੇ ਇਮਰਾਨ ਭਾਈ ਪਹੁੰਚਦਾ ਹੈ ਤਾਂ ਫਿਰ ਇਹ ਵਾਲਾ ਸਾਰਾ ਅੱਜ ਕੰਮ। ਹਾਂਜੀ ਟੂਟੀਆਂ ਤਾਂ ਫਿਰ ਮੋਟਰਸਾਈਕਲ ਤੋਂ ਚੜ ਗਏ ਥੱਲੇ ਲਿਆ ਪੁੱਤਰ, ਟੂਟੀਆਂ ਦਾ ਤਾਂ ਬੰਦੋਬਸਤ ਹੋ ਜਾਂਦਾ ਤਾਂ ਫਿਰ ਬੇਗਮ ਸਾਹਿਬ ਉਹ ਵਾਲੀ ਨਾ ਆਪਾਂ ਟੈਂਕੀ ਵਗੈਰਾ ਕਿਹੜੀ ਹੈਗੀ ਨਾ ਉੱਤੇ ਰੱਖ ਦੇਣੀ ਸੀ, ਟੈਂਕੀ ਰੱਖੀ ਜਾਂਦੀ ਤਾਂ ਫਿਰ ਤਾਂ ਕਾਫੀ ਸਾਰੇ ਨਾ ਬੱਚਤ ਹੋ ਜਾਣੀ ਹੈ। ਤਾਂ ਟੂਟੀਆਂ ਤਕਰੀਬਨ 10-11 ਹਜ਼ਾਰ ਰੁਪਏ ਦੀਆਂ ਇਤਰੇ ਨਾਲ ਸੈੱਟ ਮਿਲਦਾ ਹੈਗਾ, ਉਹ ਇੱਕ ਸਿੰਗਲ ਨਾ ਸਿੰਗਲ ਉਹ ਨਵੀਂ 0 ਮੀਟਰ ਨਹੀਂ ਦਿੰਦੇ ਹੈਗੇ, ਮੈਂ ਅਗਲੇ ਤਾਂ ਪੁੱਛ ਕੇ ਆਇਆ ਉਹਨਾਂ ਕਿ ਬਾਈ ਪੂਰਾ ਸੈੱਟ ਹੀ ਮਿਲਦਾ ਹੈਗਾ, ਅਤੇ ਤਕਰੀਬਨ ਚਲੋ ਕੋਈ ਨਹੀਂ ਮਸਲਾ, ਅੱਲਾ ਆਸਤਾ ਆਸਤਾ ਹਿੰਮਤ ਦੇਵੇਗਾ ਤਾਂ ਨਾਲ ਟੂਟੀਆਂ ਕਿਹੜੀਆਂ ਹੈਗੀਆਂ ਨਾ ਸੈੱਟ ਕਰਾ ਲਵਾਂਗੇ। ਫਿਰ ਤੱਕ 8-10 ਦਿਨ ਆਪਣੇ ਖੁੱਲ੍ਹੇ ਆਸਾਨੀ ਨਾ ਪੈ ਜਾਣੇ, ਭਾਵੇਂ ਬੰਦਾ 2-3 ਟਾਈਮ ਨਾ ਵੀ ਲਵੇ ਤਾਂ ਫਿਰ ਵੀ ਨਹੀਂ ਟੈਂਕੀ, ਕਿਉਂਕਿ 600 ਲੀਟਰ ਦੀ ਟੈਂਕੀ ਹੈਗੀ। ਚਲੋ ਕੋਈ ਨਹੀਂ, ਅੱਲਾ ਹਿੰਮਤ ਦੇਵੇਗਾ ਅਤੇ ਅੱਲਾ ਕਰਾ ਰਿਹਾ ਤਾਂ। ਔਰ ਸਭ ਤੋਂ ਪਹਿਲਾਂ ਕਿਹੜਾ ਹੈਗਾ ਨਾ ਇਮਰਾਨ ਆਉਂਦਾ ਹੈ ਨਾ ਇਮਰਾਨ ਭਾਈ, ਅਤੇ ਅੱਲਾ ਨਾ ਕੰਮ ਮੁਕੰਮਲ ਕਰਾਉਂਦੇ ਹਾਂ। ਹਾਂਜੀ, ਅਤੇ ਮਾਸ਼ਾਅੱਲਾ ਇਮਰਾਨ ਭਾਈ ਪਹੁੰਚਿਆ ਹੈਗਾ, ਔਰ ਸਭ ਤੋਂ ਪਹਿਲਾਂ ਨਾ ਕਿਹੜਾ ਹੈਗਾ ਨਾ ਟੋਕੇ ਦਾ ਭਾਈ ਨੂੰ ਦਿਖਾਇਆ ਹੈਗਾ, ਅਤੇ ਇਮਰਾਨ ਭਾਈ ਕਹਿ ਰਿਹਾ ਹੈਗਾ ਵਾਹਲਿਕਮ ਸਲਾਮ ਭਾਈ ਇਮਰਾਨ ਕਿਆ ਹਾਲ ਹੈ।
ਬੈਲਟ ਲੈਣਾ ਪੈਣਾ? ਬੈਲਟ ਆਪਣੇ ਕੋਲ ਪਿਆ ਹੈਗਾ। ਬੈਲਟ ਹੈ? ਹਾਂ ਬੈਲਟ ਹੈਗਾ। ਤਾਰ ਆਪਾਂ ਨੂੰ ਜਿਹੜੀ ਹੈ ਇੱਕ ਆਪਣੀ ਜਾਂ ਨਹੀਂ ਜਾ ਰਹੀ? ਹਾਂ ਆਇਆ ਲੈਣਾ ਟਾਂਕਾ ਵਗੈਰਾ ਕਿਹੜਾ ਹੈਗਾ? ਬੋਰਡ ਲਾ ਲਿਆ। ਹਾਂ ਇੱਥੋਂ ਚਲਾ ਦਿੱਤਾ ਨਾ ਟੀਨ ਲਾ ਕੇ ਨਾ ਉਹਦਾ ਆਪਾਂ ਕਵਰ ਬਣਾ ਛੱਡਿਆ। ਹਾਂ ਉਹ ਤੋਂ ਮੈਂ ਟੱਕਿਆ ਦਾ ਸੀ ਬਾਰਿਸ਼ ਬੁਰਿਸ਼ ਦੀ ਵਜ੍ਹਾ। ਬਿਹਤਰੀਨ ਹੋ ਗਿਆ ਇਹ। ਹੁਣ ਤੇ ਇੱਥੇ ਧੁੱਪ ਵੀ ਕਾਫੀ ਹੈ ਤੇ ਮੈਂ ਕਹਿੰਦਾ ਹਾਂ ਦੁਕਾਰ ਦਾ ਕਰ ਲਈ, ਕਿਉਂਕਿ ਨਾ ਮੁੰਝ ਵਗੈਰਾ ਨਾ ਮੇਰੀ ਉਵੇਂ ਹੀ ਪਈ ਹੋਈ ਹੈ ਕੁਤਰਾਂ ਨਾਲ ਹੀ, ਕਿਉਂਕਿ ਕੁਤਰਨੀ ਹੈ ਇੱਥੇ ਤੰਦੂਰ, ਤੈਨੂੰ ਪਤਾ ਫਿਰ ਰੋਜ਼ੀ ਦਾ ਵਸੀਲਾ ਇਹੀ ਹੈਗਾ। ਤੇ ਆਪਾਂ ਚਲੋ ਇਹ ਕਰ ਲੈਂਦੇ ਹਾਂ ਪਹਿਲੇ, ਇਹ ਸ਼ਾਮ ਟਾਈਮ ਕਰ ਲਵਾਂਗੇ। ਉਦਲਾ ਕਿਹੜਾ ਨਾ ਥੋੜ੍ਹਾ ਜਿਹਾ ਮੋਟਰ ਦੀ ਤਾਰ ਸੈੱਟ ਕਰਨੀ ਹੈ ਵੀ ਇਹ ਵਾਲੀ ਮੋਟਰ ਦੀ ਕਿਹੜੀ ਮੇਨ ਜਾਂਦੀ ਪੀਨੇ ਠੂ ਕੱਟ ਦਿੰਦੇ ਹਾਂ, ਅਗਰ ਇਤਰੀ ਮੋਟਰ ਦੀ ਲੋੜ ਤਾਂ ਕੋਈ ਸਰਦੀਆਂ ਪੈ ਗਈਆਂ ਅਤੇ ਆਪਾਂ ਉਦਲਾ ਕੰਮ ਕਿਹੜਾ ਹੈਗਾ ਨਾ ਮੋਟਰ ਦੀ ਤਾਰ ਮੇਨ ਵਿੱਚ ਲਾਈਏ। ਹਾਂਜੀ ਆ ਜਾਓ। ਮੈਂ ਵੀ ਨਾ ਛੱਤ ਉੱਤੇ ਬਾਈ ਹੋਰਾਂ ਦੀ ਤਾਂ ਪਹੁੰਚਿਆ ਵੀ ਕਿਹੜੀ ਹੈਗੀ ਨਾ ਤਾਰ ਕਿਹੜੀ ਹੈਗੀ ਸੀ ਨਾ ਐ ਲਈ ਉੱਤੋਂ ਨਾ ਉਹ ਤੂੰ ਕਨੈਕਸ਼ਨ ਕੱਢ ਦਿੱਤਾ ਹੈਗਾ ਦੁਕਾਨ ਤੋਂ ਸਿੱਧਾ ਸਾਵਾਂ, ਔਰ ਥੱਲੇ ਨਾ ਮੋਟਰ ਕਿਹੜੀ ਵਿੱਚ ਤਾਰ ਆਉਂਦੀ ਹੈ ਨਾ ਵੀ ਬੱਚੇ ਕਦੀ ਨਾ ਹੱਥ ਨਾ ਲਾ ਦੇਵੇ, ਨਾ ਇਹ ਵੀ ਨਾ ਮੈਨੂੰ ਕਾਫੀ ਸਾਰਾ ਖਤਰਾ ਰਹਿੰਦਾ ਉਹ ਨਾ ਆਵੇ ਨਾ ਕਰੰਟ ਨਾ ਬੱਚਿਆਂ ਨੂੰ ਪੈ ਜਾਵੇ। ਇਮਰਾਨ ਬਾਈ, ਇਮਰਾਨ ਬਾਈ ਛੇਕ ਲਾ ਥੱਲੇ ਹੱਲ ਖਿੱਚ ਲਾ, ਖਿੱਚ ਲਾ ਖਿੱਚ ਲਓ ਖਿੱਚ ਲਓ। ਔਰ ਤਾਰ ਵੀ ਇੱਕ ਤਾਂ ਕੰਮ ਆ ਜਾਵੇਗੀ ਥੱਲੇ ਦੀ। ਬਸ ਹੁਣ ਨਾ ਥੱਲੇ ਚੱਲਣੇ ਆ, ਉਹਦੇ ਨਾਲ ਬਾਈ ਵੀ ਕੋਈ ਨਹੀਂ ਕਰਨੇ। ਉੱਤੋਂ ਤਾਰ ਕਿਹੜੀ ਹੈਗੀ ਨਾ ਥੱਲੇ ਸਿੱਟ ਦਿੱਤੀ ਔਰ ਕੱਟ ਕੇ ਇੱਥੇ ਪਈ ਹੈਗੀ ਦੂਸਰੀ। ਇਮਰਾਨ ਬਾਈ ਕਿਹੜਾ ਹੈਗਾ ਨਾ ਛਿੱਲ ਰਿਹਾ ਹੈਗਾ ਇੱਥੇ ਸਿੱਧੀ ਮੋਟਰ ਦੀ ਤਾਰ ਕਿਹੜੀ ਹੈਗੀ ਨਾ ਇੱਥੇ ਨਾ ਕਾਫੀ ਸਾਰਾ ਨਾ ਇਮਰਾਨ ਬਾਈ ਨੇ ਖਤਰਾ ਰਹਿੰਦਾ ਸੀ ਵੀ ਉਹ ਚਾਰ ਪਾਈਏ ਫਿਰ ਥੱਲੇ ਪਾਉਂਦੇ ਬੱਚੇ ਨਾ ਉੱਤੋਂ ਨਾ ਹੱਥ ਨਾ ਪਕੜ ਨਾ ਲਵੇ, ਇਸ ਗੱਲੋਂ ਕਰਕੇ ਨਾ ਕਾਫੀ ਖਤਰਾ ਰਹਿੰਦਾ ਸੀ। ਮੈਂ ਕਿਹਾ ਚੱਲ ਨਾ ਇਹ ਵਾਲੀ ਨਾ ਥੋੜ੍ਹੀ ਜਿਹੀ ਵੈਰਿੰਗ ਜੀ ਬੋਰਡ ਲਾਉਣੇ ਹੈਗੇ ਦੋ ਬਾਰਾ ਜੀ ਨਾ ਪੈਸੇ ਨਹੀਂ ਹੈਗੇ, ਪੈਸੇ ਕਿਸ ਟਾਈਮ ਆ ਗਏ ਨਾ ਤਾਂ ਉਸ ਟਾਈਮ ਇੱਕ ਅੰਦਰ ਹੀ ਸੀਗੇ ਕਮਰੇ 'ਚ ਹੀ ਬੋਰਡ ਲਾਉਣਾ ਹੈਗਾ ਅਤੇ ਇੱਕ ਵਾਸ਼ਰੂਮ ਦੇ ਵਿੱਚ ਵੀ ਨਾ ਲਾਜ਼ਮੀਨ ਬੋਰਡ ਲਾਉਣਾ ਹੈਗਾ। ਹਾਂ ਲਾਈਟ ਵੀ ਨਹੀਂ ਹੈਗੀ ਬਿਲਕੁਲ, ਵਾਸ਼ਰੂਮ ਰਾਤ ਨੂੰ ਬੱਚੇ ਵਗੈਰਾ ਜਾਵੇ ਫਿਰ ਮੋਬਾਈਲ ਦੀ ਲਾਈਟ ਲੈ ਕੇ ਜਾਂਦੇ ਹੈਗੇ ਤਾਂ ਕਾਫੀ ਮੁਸ਼ਕਿਲ ਸਾਰੀ ਲੱਗਦੀ ਹੈਗੀ, ਤਾਂ ਉਹਦੇ ਵੀ ਆਪਾਂ ਲਾਉਣਾ ਹੈਗਾ ਇਨਸ਼ਾਅੱਲਾ ਤਾਲਾ। ਇੱਕ ਵਾਰੀ ਸਿਰਫ ਇਹ ਆ ਲੈਣਾ ਇੱਥੋਂ ਵਿਚਲੇ ਸਾਨੂੰ ਕਨੈਕਸ਼ਨ ਲੱਗ ਗਿਆ ਨਾ ਇੱਦੇ ਅਤੇ ਉਹਦੇ ਵਿੱਚੋਂ ਜ਼ਰੀਏ ਹੈਗਾ ਲਾ ਲਵਾਂਗੇ, ਕਿਉਂਕਿ ਨਾ ਲਈ ਕਿਹੜੀ ਮੇਨ ਤਾਰ ਆ ਰਹੀ ਹੈਗੀ ਨਾ ਤਾਰ, ਕਿਉਂਕਿ ਨਾ ਅਲੱਗ ਗੁੰਜਾਇਸ਼ ਦਿੱਤੀ ਨਾ ਅੰਡਰਗਰਾਊਂਡ ਹੀ ਕਰਾ ਲੈਣੀ, ਫਿਰ ਉਹ ਥੋੜ੍ਹਾ ਜਿਹਾ ਨਾ ਵਕਤ ਹੀ ਹੈ ਨਾ ਉੱਤੋਂ ਫਿਰ ਪਲਸਤਰ ਮਿਸਤਰੀ ਬਾਈਕ ਉਹ ਨਾ ਕਰਵਾ ਲਵਾਂਗੇ, ਇੱਥੇ ਨਾ ਠੀਕ ਰਹਿ ਜਾਵੇਗਾ ਇਹ ਵਾਲਾ ਟਾਂਕਾ। ਇੱਥੇ ਉੱਤੋਂ ਟੇਪ ਵਗੈਰਾ ਦੇ ਦੇਵਾਂਗੇ ਔਰ ਇੱਥੋਂ ਹੀ ਨਾ ਸੁਰਾਖ ਕਰਕੇ ਨਾ ਇਸ ਅੰਦਰਲੀ ਜਗ੍ਹਾ 'ਤੇ ਨਾ ਤਕਰੀਬਨ ਹਾਂ ਬੋਰਡ ਲਾ ਲਾ, ਕਿਉਂਕਿ ਬਾਈ ਇਮਰਾਨ ਕੋਲ ਨਾ ਗਰਿੱਲ ਵੀ ਹੈਗੀ ਜਿਹੜੀ ਨਾ ਉਹਦੇ ਨਾਲ ਸੁਰਾਖ ਕਰਨ ਵਾਲੀ ਹੈਗੀ ਅਤੇ ਉਹ ਜਿਸ ਟਾਈਮ ਬੋਰਡ ਲਵਾਇਆ ਨਾ ਇਮਰਾਨ ਬਾਈ ਕੋਲ ਲਵਾਵਾਂਗੇ ਇੱਕ ਅੰਦਰਲੀ ਸਾਈਡ 'ਤੇ, ਕਿਉਂਕਿ ਨਾ ਹਨੇਰਾ ਵਗੈਰਾ ਉਹ ਰੋਸ਼ਨਦਾਨ ਦਾ ਤਾਂ ਕਾਫੀ ਦਿਨੇ ਤਾਂ ਕਾਫੀ ਸਾਰਾ ਨਾ ਫਾਇਦਾ ਹੈਗਾ ਵੀ ਨਾ ਚਾਨਣ ਸਾਰੇ ਦਿਹਾੜੀ ਨਾ ਵਿੱਚ ਰਹਿੰਦਾ ਹੈਗਾ ਅਤੇ ਔਰ ਰਾਤ ਨੂੰ ਨਾ ਕਾਫੀ ਮੁਸ਼ਕਿਲ ਬਣਦੀ ਹੈਗੀ, ਰਾਤ ਵਾਸਤੇ ਵੀ ਇਹ ਨਾ ਬੋਰਡ ਵਗੈਰਾ ਲਵਾਵਾਂਗੇ ਇੱਕ ਵਾਸ਼ਰੂਮ ਦੇ ਵਿੱਚ ਅਤੇ ਇੱਕ ਇੱਥੇ ਇਨਸ਼ਾਅੱਲਾ ਤਾਲਾ। ਬਸ ਅੱਜ ਵਾਲੀ ਇਹ ਵਾਲੀ ਨਾ ਮੁਕੰਮਲ, ਬਸ ਇੱਕ ਬਾਈ ਨੂੰ ਲਾ ਲਿਆ ਗਿਆ ਟਾਂਕਾ ਅਤੇ ਇੱਕ ਦੂਸਰਾ ਨਾ ਰਹਿ ਗਿਆ ਗਿਆ, ਵੇਖ ਕੇ ਆਰਾਮ ਨਾਲ ਬਾਈ, ਕਿਉਂਕਿ ਫਿਰ ਇਹਨਾਂ ਦਾ ਤਾਂ ਕੰਮ ਹੈਗਾ ਕਰੰਟ ਤੋਂ ਨਹੀਂ ਡਰਦੇ ਸਾਡੇ ਰੰਗਾ ਤਾਂ ਬਹੁਤ ਦਿਲ ਡਰਦਾ ਰਹਿੰਦਾ। ਠੀਕ ਠੀਕ ਹੋ ਗਿਆ ਠੀਕ। ਔਰ ਬਾਈ ਕਹਿ ਰਿਹਾ ਕਲਿੰਪ ਕਿਹੜੇ ਹੈਗੇ ਨਾ ਉਹ ਵਾਲੇ ਨਾ ਅੱਛੇ ਵਾਲੇ ਕਿਹੜੇ ਥੱਲੇ ਤਾਰ ਉਤਰੀ ਖੋਤੀ ਨਾ ਉਹ ਵਾਲੇ, ਫਿਰ ਇੱਥੇ ਕਲਿੰਪ ਕਿਹੜੇ ਹੈਗੇ ਨਾ ਉੱਥੇ ਵਿੱਚ ਲਾ ਦੇਵਾਂਗੇ ਫਿਰ ਥੱਲੇ ਨਹੀਂ ਆਵੇਗੇ। ਔਰ ਬੇਗਮ ਸਾਹਿਬ ਵੀ ਆ ਗਈ ਹੈਗੀ, ਬਸ ਠੀਕ ਹੈ ਨਾ ਇਹ ਵਾਲਾ ਹੁਣ ਨਾ ਹਾਂ ਹਾਂ ਸਿੱਧੀ ਕਰਕੇ ਹੁਣ ਉੱਤੇ ਬੰਦਾ ਚਾਰ ਪਾਈਆਂ ਦੇ ਉੱਤੇ ਖਲੋ ਕੇ ਨਾ ਬੰਦਾ ਪਕੜ ਨਾ ਲਵੇ ਉਹਦੇ ਨਾਲ ਬਿਹਤਰ ਹੈਗਾ। ਮੈਂ ਕਿਹਾ ਚੱਲ ਨਾ ਇੱਥੇ ਕਿਹੜਾ ਹੈਗਾ ਨਾ ਇਮਰਾਨ ਬਾਈ ਕਹਿ ਰਹੇ ਉਹ ਕਲਿੱਪ ਕਿਹੜੇ ਹੈਗੇ ਨਾ ਉਹ ਲੱਗ ਗਏ ਨਾ ਦੀਵਾਰ ਦੇ ਨਾਲ ਇਹ ਫਿਰ ਤਾਰ ਹੀ ਨਾ ਉੱਚੀ ਹੋ ਜਾਵੇ। ਹਾਂ
ਵੇਖੋ ਜੀ ਪੈਣ ਢੱਲੂ ਬਿਹਤਰ ਹੈਗਾ ਜੀ, ਪੈ ਹੈਗੇ ਢੱਲੂ ਬਿਹਤਰ ਹੈਗਾ। ਬੇਗਮ ਸਾਹਿਬਾ ਕਹਿ ਰਹੀ ਹੈਗੀ ਪੈ ਹੈਗੇ, ਜੋ ਪੈ ਹੋ ਗਿਆ ਤਾਂ ਵੱਡੋ ਮਸਲਾ ਹੀ ਖਤਮ ਹੋ ਗਿਆ, ਫਿਰ ਸ਼ਹਿਰ ਜਾਣਾ ਨਹੀਂ ਪੈਣਾ ਹੈਗਾ। ਔਰ ਚੈੱਕ ਕਰ ਲੈਂਦੇ ਜੀ ਪੈ ਹੋ ਤਾਂ ਫਿਰ ਨਾ ਉੱਚੀ ਤਾਰ ਹੋ ਜਾਵੇ, ਇਹ ਵੀ ਖਤਰਾ ਮਿਟੇਗਾ। ਹਾਂ ਇਹ ਕਿਹੜੇ ਕਿੱਲ ਕਿਹੜੇ ਬਰਿੰਜੀ ਤਾਂ ਚਾਹੀਦੇ ਨੇ ਕਿ ਦੂਸਰੇ? ਅੱਛਾ ਬੇਗਮ ਸਾਹਿਬਾ ਕਿਹੜੀ? ਹਾਂਜੀ ਬਿਲਕੁਲ ਠੀਕ, ਦੋ ਮਿਲੇ ਬਸ, ਮਿਲੇ ਦੋ ਹੀ ਕਾਫੀ ਹੈ। ਕੁਛ ਤਾਂ ਇਹ ਵਾਲੇ ਨਹੀਂ, ਇਹ ਤਾਂ ਦੀਵਾਰ ਸਾਰੀ ਪਾੜ ਦੇਣਗੇ, ਉਹ ਦੂਸਰੇ ਹੋਰ ਕਲਿੰਪ ਹੁੰਦੇ ਹੈਗੇ, ਛੋਟੇ ਛੋਟੇ ਕਲਿੰਪ ਹੁੰਦੇ। ਹਾਂ ਇਹੀ ਜੇ ਆਉਣਾ, ਇਹ ਕਿਹੜਾ ਹੈਗਾ ਨਾ ਇਹ, ਪਰ ਛੋਟਾ ਨਹੀਂ, ਇਹ ਛੋਟੇ ਹੈਗੇ ਨਹੀਂ ਕੰਮ ਦੇਣੇ, ਉਹ ਕਲਿੰਪ ਤਾਂ ਕਿਹੜੇ ਹੈਗੇ ਨਾ ਦੀਵਾਰਾਂ ਪਾੜ ਦੇਣਗੇ। ਤਿੰਨ ਇੱਕ ਮਿਲ ਗਏ, ਵੇਖ ਕੋਸ਼ਿਸ਼ ਕਰ ਜੋ ਆ ਜਾਵੇ, ਇਸ ਨੂੰ ਵੱਡੇ ਹੋਣੇ ਇਹਨੂੰ। ਹਾਂ ਨੌ ਨੰਬਰ ਹੋਣੇ ਇਹ ਵਾਲੇ ਬੇਗਮ ਸਾਹਿਬ, ਇਹ ਨਹੀਂ ਦੀਵਾਰ ਸਾਰੀ ਪਾੜ ਦੇਣਗੇ, ਐਵੇਂ ਪਲਸਤਰ ਬਣਿਆ ਬਣਾਇਆ ਨਾ ਖਰਾਬ ਹੋ ਜਾਵੇਗਾ। ਹਾਂ ਇਮਰਾਨ ਭਾਈ ਕੋਸ਼ਿਸ਼ ਕਰ ਰਹੇ ਅੱਗੇ ਉਹ ਛੋਟੇ ਕਲਿੱਪ ਲਾਉਣ ਦੀ, ਜੋ ਲੱਗ ਗਏ ਨਾ ਤਾਂ ਫਿਰ ਇਹਨਾਂ ਤਾਰ ਉੱਚੀ ਹੋ ਜਾਵੇਗੀ, ਉਹ ਵਾਲੇ ਨੇ ਕਿਹੜੀ ਹੈਗੀ ਨਾ ਤਕਰੀਬਨ ਕੁਛ ਤਾਂ ਆਰਜ਼ੀ ਤੌਰ 'ਤੇ ਕੁਛ ਤਾਂ ਹੋ ਜਾਵੇਗਾ। ਲੈ ਕੁਛ ਤਾਂ ਬਣ ਗਿਆ ਕੰਮ, ਉਹ ਦੂਏ ਬੇਗਮ ਸਾਹਿਬ ਦੂਸਰੇ ਦੋ ਕਿੱਦੇ ਹੈਗੇ? ਦੂਸਰੇ ਦੋ ਕਿੱਥੇ ਹੈਗੇ ਕਲਿੱਪ ਛੋਟੇ ਛੋਟੇ ਕਿਹੜੇ? ਉਹ ਚੱਕ ਲਿਓ, ਲੱਗ ਗਿਆ ਕੋਈ ਆਸਰਾ ਕਰ ਰਿਹਾ, ਦੂਸਰੇ ਫਿਰ ਲੈ ਆਵਾਂਗੇ। ਔਰ ਬੇਗਮ ਸਾਹਿਬਾ ਨੇ ਹੋਲਡਰ ਚੱਕ ਕੇ ਲੈਣ ਦਾ ਹੈਗਾ, ਮੇਰਾ ਪੁਰਾਣਾ ਹੈਗਾ ਸੀ ਪਿਆ ਵੀ ਨਾ ਇਮਰਾਨ ਬਾਈਕ ਨੇ, ਇਹ ਵੀ ਲਵਾ ਲਈ। ਵਾਸ਼ਰੂਮ ਦੇ ਵਿੱਚ ਕਿਹੜਾ ਹੈਗਾ ਨਾ, ਮੈਂ ਲਾਈਟ ਕਿਹੜੀ ਹੈਗੀ ਨਾ, ਬੰਦਾ ਰਾਤ ਨੂੰ ਬਾਲ ਦਿੰਦਾ ਹੈਗਾ। ਅਤੇ ਤਾਰ ਵੀ ਸਾਡੇ ਕੋਲ ਪਈ ਹੈ, ਕੋਈ ਸਿਸਟਮ, ਇਹ ਤਾਂ ਛੋਟੇ ਜਿਹੇ ਕੰਮ ਹੈਗੇ ਤਾਂ ਮੈਂ ਆਪ ਹੀ ਕਰ ਲਵਾਂਗਾ, ਇਹ ਤਰ੍ਹਾਂ ਤਾਂ ਹੋ ਜਾਂਦਾ ਹੈਗਾ। ਹੋਲਡਰ ਕਿਹੜਾ ਹੈਗਾ ਨਾ, ਅੰਦਰ ਦਸਤੀ ਰੱਖ ਦੇਵਾਂਗੇ ਵਿੱਚ ਕਿਧਰੇ ਨਾ, ਪੈਕਟ ਦੇ ਵਿੱਚ ਹੈਗੇ ਤੁਸੀਂ ਕਾਫੀ ਸਾਰੇ ਹੈਗੇ, ਖਬਰ ਕਿੱਥੇ ਗਏ? ਔਰ ਅੱਜ ਗਰਮੀ ਵੀ ਕਾਫੀ ਸਾਰੇ ਮੈਂ ਪੈ ਰਹੀ ਹੈਗੀ, ਖੜਿਆ ਖੜਿਆ ਨਾ ਬੰਦਾ ਪਸੀਨੇ ਪਸੀਨੀ ਹੋ ਰਿਹਾ। ਇਮਰਾਨ ਭਾਈ ਪਸੀਨੇ ਪਸੀਨੀ ਹੋ ਗਿਆ, ਬਸ ਨਾ ਕੰਮ ਥੋੜ੍ਹਾ ਜਿਹਾ ਹੀ ਹੈਗਾ ਸੀ ਅਤੇ ਕਾਫੀ ਸਾਰਿਆਂ ਨਾਲ ਪਸੀਨਾ ਲਾਇਆ ਗਿਆ। ਬੇਗਮ ਸਾਹਿਬਾ ਟਰਾਈ ਕਰ ਰਹੀ, ਲੱਭ ਗਿਆ ਤਾਂ ਇਹ ਨਾਲ ਦੇ ਹੋਰ ਕਿਲੇ ਪੈ ਗਏ ਤੁਸੀਂ ਹਟਾਓ ਪਿੱਛੇ ਇਮਰਾਨ ਦੇ। ਔਰ ਕਿਹੜਾ ਹੈਗਾ ਨਾ, ਸਾਡੇ ਕੋਲ ਕਿੱਲ ਵੀ ਦੋ ਨਹੀਂ ਹੈਗੇ ਬਰਿੰਜੀ ਦੇ, ਤਾਂ ਔਰ ਥੋੜ੍ਹਾ ਜਿਹਾ ਕਿਹੜਾ ਬੋਰਡ ਹੈਗਾ ਨਾ ਅੰਦਰ, ਉਹ ਵੀ ਬੇਗਮ ਸਾਹਿਬਾ ਕਹਿ ਰਹੀ ਸਭ ਤੋਂ ਪਹਿਲਾਂ ਵਾਸ਼ਰੂਮ ਵਾਲਾ ਨਾ ਛੋਟਾ ਜਿਹਾ ਲੈ ਲਵਾਂਗੇ। ਅਤੇ ਹਾਂ ਅਤੇ ਇਮਰਾਨ ਬਾਈ ਨੇ ਕਿਹਾ, ਹਾਂਜੀ ਅਤੇ ਔਰ ਇਮਰਾਨ ਬਾਈ ਨੇ ਕਿਹਾ ਵੀ ਚੱਲ ਸ਼ਹਿਰ 'ਚ ਜਾ ਕਿੱਲ ਵੀ ਲੈ ਲੈਂਦੇ, ਤਾਂ ਉਹ ਵੀ ਲੈ ਲੈਂਦੇ ਹਾਂ। ਹੁਣ ਚੱਲੇ ਹਾਂ ਸ਼ਹਿਰ ਨੂੰ, ਸ਼ਹਿਰ ਚੱਲ ਕੇ ਬਾਈਆਂ ਭੈਣਾਂ ਨਾਲ ਮੁਲਾਕਾਤ ਕਰਨੀ। ਹਾਂਜੀ ਅਤੇ ਦੁਕਾਨ 'ਤੇ ਅਸੀਂ ਪਹੁੰਚੇ ਹਾਂ, ਔਰ ਇਮਰਾਨ ਬਾਈ ਕਿਹੜਾ ਹੈਗਾ ਨਾ ਲੈ ਰਿਹਾ ਹੈਗਾ ਸਮਾਨ, ਕਿਹੜਾ ਲੈਣਾ ਹੈਗਾ ਹੋਰ ਕਿਹੜਾ ਹੈਗਾ ਨਾ ਮਸਕੀਨੀ। ਮਾਸ਼ਾਅੱਲਾ ਕਾਫੀ ਸਾਰੀ ਦੁਕਾਨ ਅੱਛੀ ਹੈਗੀ, ਔਰ ਲੈਣੀ ਤਾਂ ਇੱਕ ਟੋਚ ਹੀ ਹੈਗੀ, ਬਾਈ ਕੋਲ ਪੁੱਛਣੇ ਵੀ ਕਿੰਨੇ ਕੁ ਦੀ ਹੈਗੀ, ਟੋਚ ਸਭ ਤੋਂ ਜ਼ਰੂਰੀ ਹੈਗੀ ਵੀ ਕੋਈ ਨਹੀਂ ਲੱਭਦਾ ਇੱਥੇ। ਵੇ ਆ ਨਾ ਵਾਸ਼ਰੂਮ ਵਾਸਤੇ ਬੋਰਡ ਹੈ, ਆਲਾ ਲੈ ਰਹੇ ਹਾਂ। ਸਮਾਨ ਵਗੈਰਾ ਸਾ ਲੈ ਲਿਆ ਹੈਗਾ, ਔਰ ਹੁਣ ਚੱਲੇ ਹਾਂ ਅਸੀਂ ਘਰ ਨੂੰ। ਚੱਲੀਏ ਇਮਰਾਨ ਭਾਈ, ਕੱਢੀ ਮੋਟਰਸਾਈਕਲ ਨੂੰ। ਔਰ ਸ਼ਹਿਰ ਦੇ ਵਿੱਚ ਹੀ ਆਇਆ ਹੈਗਾ ਸੀ ਅਸੀਂ, ਬਿਲਕੁਲ ਨਾ ਮੇਨ ਦੁਕਾਨ ਹੈਗੀ ਸੀ ਕਿਹੜੇ ਤੋਂ ਨਾ ਅਸੀਂ ਲੈ ਕੇ ਜਾ ਰਹੇ ਹੈਗੇ ਸਮਾਨ। ਹਾਂਜੀ ਅਤੇ ਅਸੀਂ ਮਾਸ਼ਾਅੱਲਾ ਘਰ ਪਹੁੰਚੇ ਹਾਂ, ਔਰ ਇਮਰਾਨ ਭਾਈ ਸਾਰਾ ਸਮਾਨ ਲੈ ਲਿਆ ਹੈਗਾ, ਔਰ ਮੈਂ ਵੀ ਇਹ ਥੋੜ੍ਹੀ ਚੱਕ ਲਈ ਹੈਗੀ ਕਿਹੜਾ ਹੈਗਾ ਨਾ। ਹੁਣ ਚੱਲ ਕੇ ਨਾ ਬੋਰਡ ਵਾਸ਼ਰੂਮ 'ਚ ਲੈਂਦੇ ਹਾਂ, ਅਤੇ ਹੋਰ ਹਟ ਕੇ ਵਾਪਸੀ 'ਤੇ, ਕਿਉਂਕਿ ਥੋੜ੍ਹਾ ਜਿਹਾ ਦਿਨ ਵੀ ਨਾ ਲੱਥ ਗਿਆ ਹੈਗਾ, ਤਾਂ ਛਾਂ ਇਕੋਤੀ ਟੋਕਾ ਵੀ ਸ਼ਾਇਦ ਨਾ ਠੀਕ ਕਰ ਲਵੀਏ। ਇਮਰਾਨ ਭਾਈ ਕਹਿੰਦਾ ਪਿਆ ਨਾਲ ਟੋਕਾ ਵੀ ਠੀਕ ਕਰ ਲੈਂਦੇ ਹਾਂ, ਔਰ ਬਸ ਦੂਸਰਾ ਕੰਮ ਕਿਹੜਾ ਹੈਗਾ ਨਾ ਰਹਿ ਗਿਆ, ਉਹਦਲਾ ਕਰ ਲੈਂਦੇ ਹਾਂ। ਬਸ ਇੱਕ ਅੰਦਰ ਨਾ ਵਾਸ਼ਰੂਮ ਦੇ ਵਿੱਚ ਲਾ ਲਵਾਂਗੇ, ਅਤੇ ਉਹ ਵਾਲਾ ਕਿਹੜਾ ਨਾ ਕਾਫੀ ਸਾਰਾ ਕਿਹੜਾ ਹੈਗਾ ਨਾ
ਖਿੱਲਰ ਮੱਚਿਆ ਪਿਆ ਨਾ ਇੱਥੋਂ ਬੱਚੇ ਨਾ ਹੱਥ ਨਾ ਲਾ ਲਵੇ, ਕਿਉਂਕਿ ਉਹਨੇ ਪਰੀ ਜ਼ਿਆਦਾ ਤਰ ਨਾ ਹੀ ਰੱਖਦੀ ਤਾਂ ਉਹ ਨਵੇਂ ਇੱਥੇ ਹੱਥ ਲਾ ਲਵੇ, ਕਾਫੀ ਸਾਰੇ ਨੇ ਪਰੇਸ਼ਾਨੀ ਰਹਿੰਦੀ ਸੀ। ਇਸ ਗੱਲੋਂ ਇਮਰਾਨ ਬਾਈ ਨੂੰ ਲੈਣ ਦਾ ਵੀ ਕੰਮ ਕਿਹੜਾ ਨਾ ਪੱਕਾ ਪੱਕਾ ਕਰ ਲਈਏ। ਹਾਂ ਇਹ ਲੈਣਾ ਅਸੀਂ ਇਹ ਕਿਹੜੀ ਪੁਰਜ਼ੇ ਹੈਗੇ ਸੀ ਨਾ, ਇਹ ਲੈ ਅੱਛੇ ਹੈਗੇ, ਕਿਉਂਕਿ ਉਹਨੂੰ ਤਾਰ ਉੱਚੀ ਹੋ ਜਾਵੇਗੀ, ਲੈਣਾ ਸਾਈਡਾਂ ਤੋਂ ਨਾ ਹੋ ਜਾਵੇਗਾ ਮੁਕੰਮਲ। ਹਾਂਜੀ, ਅਤੇ ਮਾਸ਼ਾਅੱਲਾ ਇੱਥੋਂ ਵਾਲਾ ਸਾਰਾ ਕਿਹੜਾ ਹੈਗਾ ਨਾ ਖਿਲਕਾ ਮਿਚਾ ਤਾ, ਔਰ ਸਾਈਡ 'ਤੇ ਟੇਪ ਲਗਾ ਕੇ ਨਾ ਉੱਥੇ ਬਾਈ ਇਮਰਾਨ ਨੇ ਲਾ ਤੀ, ਬੋਰਡ ਕਿਹੜਾ ਹੈਗਾ ਇੱਥੇ ਲਾ ਤੀ, ਇੱਥੋਂ ਬੰਦਾ ਆਸਾਨੀ ਨਾਲ ਚਲਾ ਲੈਂਦਾ, ਫਿਰ ਬੱਚਿਆਂ ਦੇ ਇੱਕ ਤਾਂ ਹੱਥੀ ਨਹੀਂ ਪਹੁੰਚੇਗਾ ਅਤੇ ਔਰ ਆਜ਼ਾਦੀ ਨਾਲ ਬੰਦਾ ਨਾ ਚਲਾ ਸਕਦਾ। ਔਰ ਰੱਥ ਕਿਹੜੀ ਕਰਦੀ ਸੀ ਮੋਟਰ, ਬੇਗਮ ਸਬੰਦੀ ਨੇ ਰੱਥ ਪਈ ਹੈਗੀ ਅਤੇ ਉਹ ਵਾਲੀ ਵੀ ਨਾ ਠੀਕ ਇਮਰਾਨ ਬਾਈ ਨੇ ਕਰ ਦਿੱਤੀ ਹੈਗੀ। ਅਤੇ ਔਰ ਇੱਕ ਪਰੇਸ਼ਾਨੀ ਸਾਡੀ ਬਣ ਗਈ ਹੈਗੀ, ਕਿਹੜਾ ਵਾਸ਼ਰੂਮ ਦੇ ਵਿੱਚ ਅੰਦਰ ਬਲਬ ਵਾਸਤੇ ਲੈ ਗਏ ਸੀ ਨਾ ਬੋਰਡ, ਇਮਰਾਨ ਬਾਈ ਕਹਿੰਦੇ ਪੈਣ ਵਾਲਾ ਇਹ ਵਾਲਾ ਕਿਹੜਾ ਲੈਣ ਦਾ ਸੀ ਨਾ ਸਾਂ, ਇਹ ਵਾਲਾ ਇੱਕੋ ਆਰਡਰ ਵਾਲਾ ਬੋਰਡ ਛੋਟਾ ਜਿਹਾ ਉਹ ਵੀ। ਹਾਂਜੀ ਹਾਂਜੀ, ਹਾਂ ਗਰਿੱਲ ਨਾਲ ਨਾ ਸੁਰਾਖ ਵੱਗੇਗਾ ਤਾਂ ਹੀ ਅੰਦਰ ਜਾਣੀ ਹੈਗੀ, ਤਾਂ ਸਾਡੇ ਕੋਲ ਗਰਿੱਲ ਹੈ ਨਹੀਂ, ਗਰਿੱਲ ਹੈ ਇਮਰਾਨ ਬਾਈ ਕੋ ਤਾਂ ਫਿਰ ਉਹ ਨਾ। ਹਾਂ ਤਾਂ ਚਲੋ ਕੋਈ ਨਹੀਂ, ਲੰਘੇ ਟੱਪੇ ਕਹਿ ਰਹੇ ਫਿਰ ਨਾ ਅਸੀਂ ਇਹ ਨਾ ਮੁਕੰਮਲ ਕਰ ਦੇਵਾਂ। ਹਾਂ ਟੂਟੀਆਂ ਤਾਂ ਬਿਲਕੁਲ ਇਮਰਾਨ ਬਾਈ ਅੱਗੇ ਵੀ ਤਾਂ ਸਕੀਆਂ ਸੀ ਇਹ ਮੈਨੂੰ ਨਾ, ਅਤੇ ਕਿਉਂਕਿ ਇਮਰਾਨ ਬਾਈ ਨੂੰ ਨਾ ਸਾਰੀ ਵਾਇਰਿੰਗ ਜਾਣਦਾ। ਹਾਂ ਬਿਲਕੁਲ, ਨਹੀਂ ਨਹੀਂ ਬਿਲਕੁਲ ਇਮਰਾਨ ਬਾਈ ਤੁਹਾਡੀ ਗੱਲ ਠੀਕ ਹੈ, ਟੂਟੀਆਂ ਵਗੈਰਾ ਦਿਨੇ ਵੀ ਅਸੀਂ ਨਾ ਉਹ ਬੇਗਮ ਸਾਹਿਬ ਮੈਨੂੰ ਕਹਿ ਰਹੀ ਸੀ ਨਾ ਬਈ ਕਿਹੜੀ ਨਾ ਇਹ ਮੋਟਰ ਤਾਂ ਕਾਫੀ ਨਾ ਦਸਤੀ ਨਾ ਛੁੱਟਣਾ, ਇਹਨਾਂ ਤਾਂ ਯੂਨਿਟ ਦਸਤੀ ਖਾ ਜਾਣਾ ਇਸ ਨੇ, ਅਤੇ ਉਹਦੇ 'ਤੇ ਫਿਕਰ ਕੋਈ ਨਹੀਂ ਤਾਂ ਟੂਟੀ ਚਲਾਈ ਤਾਂ ਆਪਦਾ ਬਰਤਨ ਵਗੈਰਾ ਨਾ ਧੋ ਲੈ। ਬਿਲਕੁਲ ਤੁਹਾਡੀ ਗੱਲ ਬਜਾ, ਅਸੀਂ ਟੈਂਕੀ ਵਗੈਰਾ ਰੱਖਾਂਗੇ ਅਤੇ ਔਰ ਹੁਣ ਚਲੀਏ ਟੋਕੇ ਠੀਕ ਕਰ ਲਈਏ ਬਸ। ਹਾਂ ਹਾਂਜੀ, ਅਤੇ ਅਸੀਂ ਆ ਗਏ ਟੋਕੇ ਵਾਲੀ ਨਾਲ ਸੈੱਟ ਕਰਨ ਵਾਸਤੇ, ਔਰ ਉਸਤਾਦ ਵੀ ਸਾਨੂੰ ਮਿਲ ਗਿਆ ਹੈਗਾ ਕਿਉਂਕਿ ਕਾਰੀਗਰ ਇਹ ਵਾਲਾ ਹੈਗਾ ਅਤੇ ਜਾਂਦਾ ਪਿਆ ਅਸੀਂ ਨਾਲ ਉਹ ਵਾਲੇ ਨਾਲ ਚੈੱਕ ਕਰ ਰਹੇ ਹਾਂ ਟੋਕਾ ਵੀ ਦੱਕਲ ਤਾਂ, ਔਰ ਜੈਂਬਰ ਇੱਥੋਂ ਨਾ ਲਾ ਕੇ ਸਿੱਧੀਆਂ ਤਾਰਾਂ ਨਾਲ ਸੈੱਟ ਕਰ ਰਹੇ ਹਾਂ ਅਤੇ ਇਨਸ਼ਾਅੱਲਾ ਤਾਲਾ ਅੱਜ ਕਿਹੜਾ ਹੈਗਾ ਨਾ ਚੱਲ ਜਾਵੇਗਾ ਅੱਲਾ ਦੀ ਬਰਕਤ, ਉਹ ਚੱਲ ਗਿਆ ਮਾਸ਼ਾਅੱਲਾ। ਔਰ ਸੇਲ ਵਗੈਰਾ ਕਿਹੜਾ ਇੱਕ ਸਾਈਡ ਥੁੜਦਾ ਸੀ ਨਾ, ਉਹ ਵਾਲਾ ਵੀ ਨਾ ਦਸਤੀ ਜਾ ਕੇ ਨਾ ਨੱਪ ਲਿਆਗਾ ਕਿਉਂਕਿ ਇਹਦੇ ਨਾਲ ਨਾ ਦੱਕਾ ਨਹੀਂ ਲਾਵਣਾ ਪਵੇਗਾ, ਦਸਤੀ ਚੱਲ ਗਿਆ ਕਰੇਗਾ। ਔਰ ਨਾਲ ਜੈਂਬਰ ਲਾ ਦਿੱਤਾ ਗਿਆ, ਇੱਥੋਂ ਬਟਨ ਛੱਡਿਆ ਅਤੇ ਬਟਨ ਨਾਲ ਨਾ ਚਲਾ ਲਿਆ ਕਰਾਂਗੇ ਕਿਉਂਕਿ ਨਾ ਮੁਸ਼ਕਿਲ ਨਹੀਂ ਬਣਦੀ ਆ, ਟਾਂਕੇ ਲਾਇਆ ਨਾ ਉਹ ਨਾ ਅਗੂਰ ਕਰੰਟ ਪੈਂਦਾ ਸੀ। ਹਾਂਜੀ, ਅਤੇ ਬਾਈ ਔਰ ਦੂਸਰੇ ਚਲੇ ਗਏ ਸੀ ਕਿਹੜਾ ਨਾ ਸੈੱਟ ਕਰ ਗਏ, ਥੋੜ੍ਹਾ ਜਿਹਾ ਟਾਂਕੇ ਦਾ ਨਹੀਂ ਪਤਾ ਲੱਗਦਾ ਪਿਆ ਸੀ, ਉਹਨੂੰ ਮਿਸਤਰੀ ਲੈਣ ਦਾ ਸੀ ਔਰ ਇਮਰਾਨ ਬਾਈ ਬਸ ਆਪਣਾ ਕੰਮ ਮੁਕਾਈ ਕੁੱਤਾ, ਬਸ ਲਾਸਟ ਕੰਮ ਕਿਹੜਾ ਹੈਗਾ ਨਾ ਸਾਡਾ ਰਹਿ ਗਿਆ, ਬਸ ਬੋਰਡ ਲਾਉਣਾ ਨਹੀਂ ਇਮਰਾਨ ਬੋਰਡ ਹੀ ਰਹਿ ਗਿਆ। ਇਹ ਸਾਈਡ 'ਤੇ ਲਾ ਦੇਈ, ਕਿਹੜੀ ਸਾਈਡ 'ਤੇ ਲਾ ਦੇਈ, ਕਿਤੇ ਸੁੱਖ ਹੋਵੇ, ਮੈਂ ਤਾਂ ਕਹਿੰਦਾ ਇੱਥੇ ਲਾ ਦੇਈ ਜਾਂ ਇੱਥੇ ਦੀਵਾਰ ਦੇ ਨਾਲ ਬੰਦਾ ਤਾਰ ਲਗਾ ਕੇ ਇੱਥੇ ਲਾ ਦੇਈ, ਕਿੱਥੇ ਤੈਨੂੰ ਸੁੱਖਾ ਲੱਗੇਗਾ ਚਲਾਉਣਾ ਤੋਂ ਸਾਂ ਇਸਤੇਮਾਲ ਤੋਂ। ਹਾਂ ਵੀ ਕਿੱਥੇ ਨਾ ਬੱਚਿਆਂ ਦਾ ਫਿਰ ਤਾਰਾਂ ਤੂਰਾਂ ਤੋਂ ਨਾ ਬੰਦਾ ਬਚਿਆ ਤਾਂ ਹੋਵੇ। ਔਰ ਤੇਲ ਵਗੈਰਾ ਕਿਹੜਾ ਹੈਗਾ ਨਾ ਮੈਂ ਲਾ ਤਿਆ ਟੋਕਿਆਂ ਨੂੰ ਸਾਰਿਆਂ ਨੂੰ ਵੀ ਇੱਕ ਵਾਰੀ ਨਾ ਵੀ ਆਸਾਨੀ ਨਾਲ ਚੱਲਣਾ ਸ਼ੁਰੂ ਹੋ ਜਾਵੇ ਸਾਰਾ ਨਾ, ਇੱਥੇ ਨਾ ਫਿਰ ਇਹਦੀ ਗਰਾਰੀਆਂ ਹੈਗੀਆਂ ਮਸ਼ੀਨਰੀ ਹੈਗੀ ਸਾਰਿਆਂ ਵਿੱਚ ਇਹ ਗਰਾਰੀਆਂ ਦੇ ਚਲਾ ਜਾਵੇਗਾ।
ਹਾਂਜੀ ਤੇ ਮਾਸ਼ਾਅੱਲਾ ਕੰਮ ਮੁਕੰਮਲ ਹੋ ਗਿਆ ਹੈਗਾ ਤੇ ਔਰ ਟੋਕਾ ਸਾਡਾ ਚੱਲ ਵੀ ਪਿਆ ਹੈਗਾ ਮਾਸ਼ਾਅੱਲਾ, ਕਿਉਂਕਿ ਨਾ ਟੋਟਲ ਕਿਹੜੇ ਗਿਣ ਤਾਰ ਵਗੈਰਾ ਕਿਹੜੀ ਨਾ ਲਗਾ ਦਿੱਤੀ ਗਈ ਤੇ ਇਮਰਾਨ ਭਾਈ ਹੁਣ ਚਲਾ ਗਿਆ ਆਪਣੇ ਘਰ, ਕਿਉਂਕਿ ਸਾਰਾ ਕੰਮ ਕਿਹੜਾ ਹੈਗਾ ਨਾ ਮੁਕੰਮਲ ਹੋ ਗਿਆ, ਤੇਲ ਵਗੈਰਾ ਲਗਾ ਦਿੱਤਾ ਤੇ ਔਰ ਉਧਲਾ ਘਰ ਦਾ ਵੀ ਕੰਮ ਨਾ ਮੁਕੰਮਲ ਹੋ ਗਿਆ ਸੀ। ਔਰ ਬਸ ਨਾ ਇਹ ਵਾਲਾ ਟੋਕਾ ਕਿਹੜਾ ਹੈਗਾ ਨਾ ਹੁਣ ਇਹ ਵਾਲੇ ਨਾ ਡ੍ਰਿਪ ਹੀ ਲਗਾ ਦਿੱਤੀ ਹੈਗੀ ਤੇ ਔਰ ਇਹ ਦੇਖੋ ਦਸਤੀ ਨਾ ਕਿਹੜਾ ਕਹਿੰਦਾ ਲਾਈਟ ਸਾਡੇ ਕੋਲ ਬੜੀ ਕੰਮ ਹੁੰਦੀ ਹੈਗੀ ਔਰ ਦੂਸਰਾ ਨਾ ਹੁਣ ਚੱਲ ਪਿਆ ਹੈਗਾ, ਆਸਤਾ ਆਸਤਾ ਨਾ ਤੇਲ ਲਗਾਇਆ ਹੈਗਾ, ਫੁੱਲ ਚੱਲਣ ਲੱਗ ਪਵੇਗਾ ਜੀ। ਸੁਬਾਹ ਨੇ ਇਨਸ਼ਾਅੱਲਾ ਤਾਲਾ ਮੁੰਝ ਜਾਂਦੇ ਤਾਂ ਕੁਤਰਾਂਗੇ, ਜਿਹੜੀ ਹੈਗੀ ਨਾ ਉਹ ਵਾਲੀ ਪਈ ਹੈਗੀ ਨਾ ਸੁਬਾਹ ਦੇ ਤਾਂ ਮੁੰਝ ਕੁਤਰਾਂਗੇ। ਔਰ ਇੱਥੇ ਵਾਲਾ ਕੰਮ ਮੁਕੰਮਲ ਹੋ ਗਿਆ ਅੱਲਾ ਕੀਤਾ, ਔਰ ਹੁਣ ਚੱਲਣੇ ਆ ਘਰ ਬੇਗਮ ਸਾਹਿਬਾਨ ਦੇ ਘਰ ਦਾ, ਉਹਦੀ ਨਾ ਕੰਮ ਕਰ ਰਹੀ ਹੈਗੀ ਅਤੇ ਇੱਕ ਤਾਂ ਬਾਰਿਸ਼ ਤੋਂ ਨਾ ਬਚਿਆ ਰਹੇਗਾ। ਇੱਥੇ ਬੜਾ ਹੀ ਨਾ ਕੰਮ ਪਿਆਰਾ ਹੋ ਗਿਆ, ਕਿਹੜੀ ਤਾਰ ਉਹ ਮੇਨ ਆ ਰਹੀ ਸੀ ਨਾ ਮੋਟਰ ਦੀ ਉਹਦੇ ਲਾ ਦਿੱਤੀ ਔਰ ਉਹ ਵਾਲੀ ਸਾਰੀ ਤਾਰ ਨੇ ਇੱਥੇ ਆ ਗਈ ਔਰ ਗ੍ਰਿਪ ਕਿਹੜਾ ਹੈਗਾ ਸੀ ਇਹ ਵੀ ਸਾਡੇ ਘਰ ਪਿਆ ਸੀ ਔਰ ਸਿਰਫ ਫਕਤ ਲੈਣਾ ਪਿਆ, ਇੱਕ ਸੇਲ ਲੈਣਾ ਪਿਆ ਅਤੇ ਔਰ ਦੂਸਰਾ ਕਿਹੜਾ ਹੈਗਾ ਗਰੀਲਾਂ ਵਾਲੇ ਗਿੱਲਾਂ ਉਹ ਵਾਲੀਆਂ ਦੂਸਰੀਆਂ ਨਾਲ ਲੈਣੀਆਂ ਪਈਆਂ ਹੈਗੀਆਂ। ਔਰ ਕਬੂਤਰਾਂ ਨੂੰ ਨਾ ਦਾਣਾ ਪਾਣੀ ਪਾਉਣਾ ਹੈਗਾ ਆਪਣਾ, ਨਾ ਦਾਣਾ ਪਾਣੀ ਚੁੱਗ ਰਹੇ ਹੈਗੇ ਸਾਰਾ ਆ ਕੇ ਫਿਰ ਨਾ ਇਹਨਾਂ ਨੂੰ ਪਾਉਣਾ ਮੈਂ। ਔਰ ਘਰ ਆ ਗਿਆ ਮੈਂ, ਘਰ ਵੀ ਮਾਸ਼ਾਅੱਲਾ ਕੰਮ ਕਾਫੀ ਸਾਰਾ ਨਾ ਹੋ ਗਿਆ ਹੈਗਾ ਮੁਕੰਮਲ, ਬੇਗਮ ਸਾਹਿਬ ਭਾਈ ਆਪਣਾ ਕਰ ਰਹੀ ਮੈਨੂੰ ਸਾਰੀ ਸਫਾਈ ਵਗੈਰਾ ਕਰਤੀ, ਅੱਜ ਸਾਡੀ ਵੀਡੀਓ ਲੇਟ ਹੋ ਗਈ ਹੈਗੀ ਔਰ ਵੇਖਣੀ ਪਾਈਆਂ ਭੈਣਾਂ ਐਂਡ ਤੋਂ ਹੈਗੀ, ਕਿਉਂਕਿ ਸਾਰਾ ਕੰਮ ਵੀ ਕਾਫੀ ਸਾਰਾ ਹੈਗਾ ਸੀ ਕਿਉਂਕਿ ਇਹ ਵਾਲਾ ਸਾਰਾ ਕਿਹੜਾ ਨਾ ਖਿਲਕਾ ਮਿਟਾ ਕੇ ਅਤੇ ਹਾਂਜੀ ਹਾਂ ਬੱਚੇ ਨੇ ਵਿੱਚ ਆ ਜੇ ਬਿਲਕੁਲ। ਔਰ ਸਿਰਫ ਇੱਕ ਲਾਸਟ ਰਹਿ ਗਿਆ ਹੈਗਾ ਬੱਲਬ ਕਿਹੜਾ ਹੈਗਾ ਨਾ ਅੰਦਰ ਨਾ ਲਾਉਣਾ ਸੀ ਔਡਰ, ਔਰ ਤਾਰਾਂ ਵਗੈਰਾ ਇੱਕ ਸਾਈਡ 'ਤੇ ਲਾ ਦਿੱਤੀਆਂ ਹੈਗੀਆਂ ਅਤੇ ਔਰ ਮਾਸ਼ਾਅੱਲਾ ਇਹ ਵੀ ਕੰਮ ਨਾ ਮੁਕੰਮਲ ਹੋ ਗਿਆ ਇਹ ਵਾਲਾ ਤਕਰੀਬਨ ਇੱਥੋਂ ਹੀ ਨਾ ਮੋਟਰ ਵਾਲੀ ਹੇਕ ਤਾਂ ਇਸ ਤਾਰ ਤਾਂ ਕਿਹੜੀ ਉੱਤੇ ਹੈਗੀ ਸੀ ਨਾ ਇਹਦਾ ਬੜਾ ਖਤਰਾ ਰਹਿੰਦਾ ਸੀ, ਹੁਣ ਕੋਈ ਫਿਕਰ ਨਹੀਂ ਆਉਂਦਾ ਅਤੇ ਸਾਰਾ ਇਸ ਵਾਲਾ ਬੋਰਡ ਰਹਿ ਗਿਆ ਅਤੇ ਇੱਕ ਵਾਸ਼ਰੂਮ ਵਿੱਚ ਬੋਰਡ ਰਹਿ ਗਿਆ ਉਹ ਵਾਲਾ ਵੀ ਨਾ ਲੈ ਲਵਾਂਗੇ ਇਨਸ਼ਾਅੱਲਾ ਤਾਲਾ ਨਾ ਉਹ ਵੀ ਲਵਾ ਲਵਾਂਗੇ, ਗ੍ਰਿਲ ਵਗੈਰਾ ਵੀ ਨਾ ਇੱਥੋਂ ਸੁਰਾਖ ਕਰਾਵਾਂਗੇ ਤਾਂ ਉਤਲਾ ਵੀ ਸੁਰਾਖ ਕਰਾਵਾਂਗੇ। ਔਰ ਸਾਡੀ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ, ਭਾਈਆਂ ਭੈਣਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ। ਆਮੀਨ ਆਮੀਨ ਸਾਰਾ ਲਾਈਕ ਕਰਨਾ ਸਬਸਕ੍ਰਾਈਬ ਵੀ ਕਰਨਾ ਔਰ ਸਾਡੀ ਵੀਡੀਓ ਐਂਡ ਤੁਹਾਡੀ ਵੇਖਣੀ ਪੈਣਾ ਭਾਈਆਂ ਦੀ ਬੜੀ ਮਿਹਰਬਾਨੀ ਜਿਹੜੀ ਹੈ ਨਹੀਂ ਸਾਡੀ ਸਪੋਰਟ ਕਰਦੇ ਤੁਹਾਡੀ ਸਪੋਰਟ ਦੇ ਨਾਲ ਮਾਸ਼ਾਅੱਲਾ ਚੈਨਲ ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਅਤੇ ਜਿੱਥੇ ਰਹੋ ਖੁਸ਼ ਰਹੋ ਬਾਦ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਸਾਡੀਆਂ ਦੁਆਵਾਂ ਸਾਡੇ ਪੈਣਾ ਭਾਈਆਂ ਦੇ ਸਾਥ ਹਾਂਜੀ ਤਾਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਅੱਲਾ ਪਾਕ ਦੇ ਪਿਆਰੇ ਨੇਕ ਬੰਦਿਆਂ ਦਾ ਜਿਹੜੇ ਸਾਨੂੰ ਅੱਛੇ ਅੱਛੇ ਮਸ਼ਵਰੇ ਦਿੰਦੇ ਆ ਅਤੇ ਔਰ ਬਹੁਤ ਸਾਰੇ ਪਿਆਰੇ ਪਿਆਰੇ ਕਮੈਂਟ ਵੀ ਕਰਦੇ ਆ ਅਤੇ ਸਾਡੀ ਸਪੋਰਟ ਵੀ ਕਰਦੇ ਆ ਅਤੇ ਸਾਡੇ ਘਰ ਵਾਸਤੇ ਮਾਸ਼ਾਅੱਲਾ ਕਾਫੀ ਸਾਰੀ ਹੈਲਪ ਵੀ ਕੀਤੀ ਅੱਲਾ ਪਾਕ ਸਾਰਿਆਂ ਦੀ ਉਹਨਾਂ ਦੀ ਜ਼ਿੰਦਗੀ ਕਰੇ ਔਰ ਕਾਰੋਬਾਰ 'ਚ ਬਰਕਤਾਂ ਪਵੇ ਸੋਹਣਾ ਮਾਲਕ ਉਹਨਾਂ 'ਤੇ ਆਪਣੀ ਰਹਿਮਤ ਬਣਾਈ ਰੱਖੇ ਅਤੇ ਅੱਜ ਦੇ ਵਲੋਗ 'ਚ ਬਾਈਆਂ ਭੈਣਾਂ ਕਿੱਥੇ ਲੈ ਰਹੇ ਜਸਤਾਂ ਅੱਲਾ ਨਿਗੇਬਾਨ ਇਨਸ਼ਾਅੱਲਾ ਤਾਲਾ ਅੱਛੇ ਜਿਹੇ ਪਿਆਰੇ ਜਿਹੇ ਵਲੋਗ ਸੁਬਾਹ ਬਾਈਆਂ ਭੈਣਾਂ ਨਾਲ ਮੁਲਾਕਾਤ ਕਰਾਂਗੇ, ਆਪਣਾ ਢੇਰ ਸਾਰਾ ਖਿਆਲ ਰੱਖਣਾ ਅਤੇ ਦੁਆਵਾਂ ਯਾਦ ਰੱਖਣਾ।